ਮਾਰੀ ਛੋਰੀ ਛੋਰੋ ਸੇ ਕਮ ਹੈ ਕੇ ਕਾਲੀ ਕਾਲੀ ਥਾਰ ਉੱਤੋਂ ਸੋਹਣੀ ਨਾਰ ਕਾਲੀ ਕਾਲੀ ਥਾਰ। ਇਸ ਫਿਲਮ ਵਿੱਚ ਦੇਖੋ ਸੋਨਮ ਬਾਜਵਾ ਦਾ ਨਵਾਂ ਰੂਪ। ਡਾਕਟਰ ਕੋ ਜਾ ਕੇ ਮੇਰਾ ਨਾਂ ਲੈ ਦਿਓ ਬੱਬੂ ਬੈਂਸ। ਕੀ ਬੱਬੂ ਬੈਂਸ? ਇਲਾਜ ਚ ਰਿਆਤ ਮਿਲ ਜੂਗੀ ਨਾ। ਵੈਸੇ ਬੱਬੂ ਬੈਂਸ ਇੰਨੇ ਵੀ ਬੁਰੇ ਨੀ। ਠੀਕ ਹੈ ਮੁੰਡਿਆਂ ਦੀ ਕੁੱਟਮਾਰ ਕੀਤੀ ਪਰ ਬਾਅਦ ਚ ਰਿਆਦ ਵੀ ਤਾਂ ਦੇਤੀ। ਸਾਡੇ ਰਿਕਵਰੀ ਡਿਪਾਰਟਮੈਂਟ ਵਾਲੇ ਬੰਦੇ ਦੇ ਪੈਰੀ ਪੈ ਕੇ ਪੈਸਾ ਇਕੱਠਾ ਕਰ ਦਿੰਦੇ। ਓ ਪਾਊ, ਅਈ ਨਹੀਂ ਪੈਂਦੇ ਕਿ ਇਹਦੇ ਪੈਰੀ ਪੂਰੀ, ਅਈ ਛਾਂਗਦੇ ਆ। ਚੰਗਾ ਬੱਬੂ ਬੈਂਸ ਤੜੀਆਂ ਵੀ ਤੜੀਆਂ। ਫਿਲਮ ਵਿੱਚ ਦੇਖੋ ਬੱਬੂ ਬੈਂਸ ਆਪਣੇ ਅੰਮ੍ਰਿਤਸਰੀ ਤਰੀਕੇ ਨਾਲ ਲੋਨ ਰਿਕਵਰੀ ਕਿਵੇਂ ਕਰਦੀ ਹੈ। ਚੱਡਾ ਫਾਈਨਾਂਸ ਦੇ ਜਿੰਨੇ ਪੈਸੇ ਬਣਦੇ ਆ ਨਾ, ਦੋਹਰੀ ਗਿਣਤੀ ਕਰਕੇ ਮੇਰੇ ਅੱਗੇ ਰੱਖ ਦੇ। ਜੇ ਨਾ ਤੇ ਫੇਰ ਕੀ ਕਰੇਂਗੀ ਤੂੰ? ਮੇਰੀ ਤਾਂ ਹੁੰਦਾ ਕੀ ਕਰਦਾ, ਧੌਣੋਂ ਫੜ ਲੈਂਦਾ। ਪਰ ਸਾਡੇ ਅੰਮ੍ਰਿਤਸਰ 'ਚ ਨਾ ਧੌਣ ਲਾ ਦਿੰਦੇ ਆ। ਇਸ ਫਿਲਮ ਤੋਂ ਡੈਬਿਊ ਕਰਨ ਜਾ ਰਹੇ ਆ ਅਜੇ ਸਰਕਾਰੀਆ, ਜੋ ਕਿ ਸੋਨਮ ਦੇ ਪਿਆਰ ਵਿੱਚ ਪੈ ਜਾਂਦੇ ਆ। ਜਿਹੜੀ ਕੁੜੀ ਮੈਂ ਲੱਭੀ ਨਾ ਉਹਨੂੰ ਮੈਂ ਪਿਆਰ ਕਰਦਾ, ਤੇ ਤੁਸੀਂ ਹੁਣ ਬਸ ਅਪਰੂਵ ਕਰਾਉਣੀ ਭਾਬੀਆਂ ਤੋਂ। ਇਹਨਾਂ ਕੰਮਾਂ 'ਚ ਟਾਈਮ ਲੱਗਦਾ ਹੀ ਹੁੰਦਾ ਹੈ। ਆਪਣੀ ਵਾਰੀ ਲੱਗਿਆ ਸੀ ਭਾਬੀ ਨੂੰ ਵੇਖਦੇ ਹੀ ਵਿਆਹ ਲਿਆ। ਉਹ ਭਾਬੀ ਵੇਖੀ ਨਹੀਂ, ਆਪਾਂ ਦੁਕਾਨ ਵੇਖੀ, ਸਾਨੂੰ ਚੰਗੀ ਲੱਗੀ, ਆਪਾਂ ਕਰ ਲੈਂਦੇ ਆ ਨਾ। ਇਹ ਤਾਂ ਅੜਬ ਮੁਟਿਆਰ ਦੇਖੀ ਬੈਠੇ ਨੇ, ਹੁਣ ਲੱਗੂ ਇਹਨਾਂ ਨੂੰ ਪਤਾ। ਇਸਕੀ ਕਲਾਸ ਤੋਂ ਵੀ ਮੈਂ ਲੈ ਲਈ। ਆ ਗੱਲ ਸੁਣਨੀ ਮੇਰੀ, ਕਲਾਸ ਹੋਣੀ ਆ ਤੇਰੇ ਇੱਥੇ, ਸਾਡੇ ਇੱਧਰ ਹੁੰਦੀ ਆ ਜਮਾਤਾਂ, ਉਹ ਵੀ ਫੱਟੀ ਪਹੁੰਚ ਕੇ, ਤੇ ਫੱਟੀ ਪਈ ਨਾ ਜੋ ਤੇਰੇ ਗਿੱਟਿਆਂ 'ਚ, ਲੱਗ ਪਤਾ ਜਾਣਾ ਤੈਨੂੰ। ਲੋ ਜੀ ਹੁਣ ਇਹ ਵੀ ਵੇਖ ਲੋ, ਵਿਆਹ ਤੋਂ ਬਾਅਦ ਅੜਬ ਮੁਟਿਆਰ ਕੀ ਚੰਨ ਚਾੜਦੀ ਹੈ। ਬੱਬੂ ਚਾਹ ਚਾਏ ਬਣਾ ਕੇ ਲੈ ਕੇ ਆਓ। ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਨਾ, ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਿਸੇ ਨੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ, ਮੈਂ ਨਾ ਚਾਹ 'ਚ ਥੁੱਕ ਸਿੱਟ ਕੇ ਲੈ ਆਉਂਦੀ ਹੁੰਦੀ ਨਾ। ਚਾਹ ਦਾ ਸਵਾਦ ਤਾਂ ਤੁਸੀਂ ਵੇਖ ਲਿਆ, ਹੁਣ ਰੋਟੀ ਮੰਗਣ ਦਾ ਸਵਾਦ ਵੀ ਤੁਸੀਂ ਦੇਖ ਲਓ। ਇੱਕ ਤਾਂ ਨਾ ਆ ਮੈਨੂੰ ਜ਼ਿੰਦਗੀ 'ਚ ਗੱਲ ਸਮਝ ਨਹੀਂ ਆਈ ਵੀ ਕੁੜੀ ਦਾ ਵਿਆਹ ਕੇ ਇੱਕ ਦਿਨ ਘਰ 'ਚ ਹੋਇਆ ਨੀ ਵੀ ਨੂੰ ਰਾਣੀ ਨੂੰ ਨਹੀਂ ਚੌਂਕੀ ਚਾੜਨਾ ਤੇ ਕੜਾਹ ਧਰ ਲਓ ਯਾਰ। ਹਲੇ ਨਾਸ਼ਤਾ ਮੁੱਕਦਾ ਨੀ ਤੁਹਾਡਾ ਤੇ ਤੁਹਾਡੇ ਦੁਪਹਿਰ ਦੀਆਂ ਰੋਟੀਆਂ ਤੇ ਫਰਮਾਇਸ਼ਾਂ ਸ਼ੁਰੂ ਹੋ ਜਾਂਦੀਆਂ ਹੈ। ਓਵਰਆਲ ਇਹ ਮੂਵੀ ਐਕਸ਼ਨ ਤੇ ਕਾਮੇਡੀ ਨਾਲ ਭਰਪੂਰ ਹੋਣ ਵਾਲੀ ਹੈ ਤੇ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮੁਟਿਆਰਾਂ। ਇਹੋ ਜਿਹੇ ਹੋਰ ਮੂਵੀ ਰਿਵਿਊਜ਼ ਲਈ ਦੇਖਦੇ ਰਹੋ ਨੈਸ਼ਨਲ ਬਸ। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।